ਸੰਗਰੂਰ ਲੋਕ ਸਭਾ ਉਪ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਵੱਖ ਵੱਖ ਲੀਡਰ ਆ ਕੇ ਸੰਗਰੂਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਲੋਕਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਦੇ ਆਧਾਰ 'ਤੇ ਵੋਟ ਮੰਗ ਰਹੇ ਹਨ। ਸੰਗਰੂਰ ਵਿੱਚ ਭਗਵੰਤ ਮਾਨ ਦੀ ਸੀਟ ਖਾਲੀ ਹੋਣ ਤੋਂ ਬਾਅਦ ਲੋਕ ਸਭਾ ਉਪ ਚੁਣਾਵ ਹੋ ਰਹੇ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ, ਜਿਸ ਦੇ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਸੰਗਰੂਰ ਪਹੁੰਚ ਰਹੇ ਹਨ ਅਤੇ ਪਿਛਲੇ 3 ਮਹੀਨਿਆਂ ਦੌਰਾਨ ਕੀਤੇ ਕੰਮਾਂ ਦੇ ਆਧਾਰ 'ਤੇ ਲੋਕਾਂ ਤੋਂ ਵੋਟ ਮੰਗ ਰਹੇ ਹਨ। 3 ਦਿਨ ਹੋ ਗਏ ਆ, ਹਰੇਕ ਪਿੰਡ ਦੇ ਵਿੱਚ ਅਸੀਂ ਪਹੁੰਚ ਕਰਾਂਗੇ ਲਹਿਰਾ ਗਾਗਾ ਦੇ ਵਿੱਚ। ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ, ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਆ ਅਤੇ ਵੱਖ ਵੱਖ ਪਿੰਡਾਂ 'ਚ ਲਹਿਰੇ ਗਾਗੇ ਦੇ ਹਰੇਕ ਪਿੰਡ ਦੇ ਵਿੱਚ ਰਾਬਤਾ ਕਰਾਂਗੇ ਅਤੇ ਲੋਕਾਂ ਦੇ ਵਿੱਚ ਇੰਨਾ ਜੋਸ਼ ਆ, ਇੰਨਾ ਜਜ਼ਬਾ ਆ, ਲੋਕ ਚਾਹੁੰਦੇ ਆ ਵੀ ਅੱਜ ਹੀ ਵੋਟਾਂ ਆਉਣ ਅਤੇ ਅਸੀਂ ਅੱਜ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੂੰ ਵੱਡੀ ਲੀਡਰਾਂ ਜਿਤਾ ਕੇ ਸੰਸਦ ਦੇ ਵਿੱਚ ਭੇਜੀਏ। ਅਤੇ ਜਿਵੇਂ ਅੱਗੇ ਸੰਗਰੂਰ ਦਾ ਪੁੱਤ ਭਗਵੰਤ ਸਿੰਘ ਮਾਨ, ਜਿਹੜਾ ਅੱਜ ਪੰਜਾਬ ਦਾ ਪੁੱਤ, ਸਾਰੇ ਪੰਜਾਬ ਦਾ ਪੁੱਤ ਆ, ਉਹਨੇ ਜੇ ਸੰਗਰੂਰ ਦੇ ਪੰਜਾਬ ਦੇ ਮੁੱਦੇ ਉੱਥੇ ਜਾ ਕੇ ਚੁੱਕੇ ਆ, ਉਸੇ ਤਰ੍ਹਾਂ ਹੀ ਸੰਗਰੂਰ ਦਾ ਪੁੱਤ ਗੁਰਮੇਲ ਸਿੰਘ ਘਰਾਚੋ ਸੰਸਦ ਦੇ ਵਿੱਚ ਸੰਗਰੂਰ ਦੇ ਪੰਜਾਬ ਦੇ ਮੁੱਦੇ ਚੁੱਕੇਗਾ। ਦੇਖੋ, ਪਹਿਲਾਂ ਸਰਕਾਰਾਂ ਬਣਦੀਆਂ ਰਹੀਆਂ ਅਤੇ ਪਹਿਲੇ 4.5 ਸਾਲ ਇਹਨਾਂ ਨੇ ਰਵਾਇਤੀ ਪਾਰਟੀਆਂ ਨੇ ਲੁੱਟਣ ਅਤੇ ਕੁੱਟਣ ਦਾ ਕੰਮ ਕਰਨਾ, ਝੂਠੇ ਪਰਚੇ ਕਰਾਉਣ ਦਾ ਕੰਮ ਕਰਨਾ, ਘੁਟਾਲੇ ਕਰਨ ਦਾ ਕੰਮ ਕਰਨਾ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਪਹਿਲੇ ਮਹੀਨੇ 'ਚ 25,500 ਨੌਕਰੀ ਦੇ ਦਿੱਤੀ ਮਾਨ ਸਰਕਾਰ ਨੇ। ਉਹਦੇ ਬਾਅਦ ਜਿਹੜੇ ਵੀ ਕਰਪਟ ਲੀਡਰ ਨੇ ਉਹਨਾਂ ਦੀਆਂ ਇਨਕੁਆਇਰੀਆਂ ਖੁੱਲ੍ਹ ਗਈਆਂ, ਜਿਵੇਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਭਾਰਤ ਭੂਸ਼ਣ ਆਸ਼ੂ, ਹੋਰ ਵੀ ਜਿੰਨਿਆਂ ਨੇ ਘੁਟਾਲੇ ਕੀਤੇ ਆ, ਸਾਰਿਆਂ 'ਤੇ ਨਿਗਾਹ ਸਰਕਾਰ ਦੀ, ਉਹਨਾਂ ਦੀਆਂ ਇਨਕੁਆਇਰੀਆਂ ਹੋਣਗੀਆਂ। ਅਤੇ ਉਹਦੇ ਬਾਅਦ ਜਿੰਨੇ ਵੀ ਸਾਡੇ ਬੇਰੁਜ਼ਗਾਰ ਭੈਣ ਭਰਾ ਤੁਰੇ ਫਿਰਦੇ ਆ, ਉਹਨਾਂ ਨੂੰ ਵੀ ਮਾਨ ਸਰਕਾਰ ਵੱਲੋਂ ਜਿਹੜੀ ਵਿੱਦਿਆ ਦਾ ਕੀਤਾ ਜਾ ਰਿਹਾ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਦੇਣੀ ਸਭ ਤੋਂ ਵੱਡਾ ਪਰਉਪਕਾਰ ਆ। ਅਤੇ ਵੀਰੋ, ਵਿੱਦਿਆ ਵੀ ਦਿੱਤੀ ਜਾਊਗੀ, ਸਕੂਲ ਚੰਗੇ ਬਣਾਏ ਜਾਣਗੇ, ਉਹਨਾਂ ਦੇ ਵਿੱਚ ਚੰਗੇ ਟੀਚਰ ਹੋਣਗੇ ਤਾਂ ਜੋ ਸਾਡੇ ਬੱਚੇ ਪੜ੍ਹ ਲਿਖ ਕੇ ਰੁਜ਼ਗਾਰ 'ਤੇ ਲੱਗ ਸਕਣ, ਅਤੇ ਹੋਰ ਵੀ ਜਿੰਨੀਆਂ ਸਹੂਲਤਾਂ, ਜਿਹੜਾ ਲਾਭਪਾਤਰੀ ਹੋਵੇਗਾ ਉਸੇ ਤੱਕ ਹੀ ਸਹੂਲਤ ਪਹੁੰਚੇਗੀ। ਇਹਨਾਂ ਸਰਕਾਰਾਂ ਵਾਂਗ ਨਹੀਂ ਕਿ ਜੇ ਕੋਈ ਚੇਤਾ ਕੋਠੇ ਦੀ ਸਕੀਮ ਵੀ ਉਹਨੂੰ ਦੇ ਦਿਓ, ਸਗਨ ਸਕੀਮ ਵੀ ਉਹਨੂੰ ਦੇ ਦਿਓ, ਪਲਾਟ ਵੀ ਉਹਨੂੰ ਦੇ ਦਿਓ, ਵਾਕਈ ਜਿਹੜਾ ਗਰੀਬ ਹੋਵੇਗਾ, ਜਿਹੜਾ ਲੋੜਵੰਦ ਹੋਵੇਗਾ, ਉਸੇ ਨੂੰ ਹੀ ਉਹਦੀ ਸਕੀਮ ਦਿੱਤੀ ਜਾਵੇਗੀ। ਬੀਜੇਪੀ ਦਾ ਕੰਮ ਸ਼ੁਰੂ ਤੋਂ ਰਿਹਾ ਅਮਿਤ ਸ਼ਾਹ, ਨਰਿੰਦਰ ਮੋਦੀ, ਇਹਨਾਂ ਦਾ ਕੰਮ ਰਿਹਾ ਦੰਗੇ ਕਰਾਉਣਾ ਅਤੇ ਗਲਤ ਕੰਮ ਕਰਾਉਣਾ। ਇਹਨਾਂ ਨੂੰ ਜਿਹੜੀ ਆਮ ਆਦਮੀ ਪਾਰਟੀ ਚੰਗੇ ਕੰਮ ਕਰ ਰਹੀ ਆ, ਉਹ ਇਹਨਾਂ ਨੂੰ ਰਾਸ ਨਹੀਂ ਆ ਰਿਹਾ ਅਤੇ ਜਾਣ ਬੁੱਝ ਕੇ ਗੁੰਮਰਾਹ ਕਰ ਰਹੇ ਆ। ਵੇਖੋ, ਜੇ ਕੋਈ ਗੈਂਗਸਟਰਵਾਦ ਹੈ ਜਾਂ ਕੋਈ ਹੋਰ ਕੰਮ ਹੈ ਗਲਤ, ਇਹ ਕੋਈ 3 ਮਹੀਨੇ 'ਤੇ ਗੈਂਗਸਟਰ ਪੈਦਾ ਕਰ ਨਹੀਂ ਦਿੱਤੇ ਸਰਕਾਰ ਨੇ, ਇਹ ਗੈਂਗਸਟਰ ਪਹਿਲੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ, ਕਾਂਗਰਸ, BJP ਦੇ ਪੈਦਾ ਕੀਤੇ ਹੋਏ ਆ, ਅਤੇ ਅਸੀਂ ਇਸ ਸਿਸਟਮ ਨੂੰ ਹੌਲੀ ਹੌਲੀ ਠੀਕ ਕਰਾਂਗੇ, ਕਿਉਂਕਿ ਜਦੋਂ ਸਿਸਟਮ ਜ਼ਿਆਦਾ ਵਿਗੜਿਆ ਹੋਵੇ ਉਹਨੂੰ ਠੀਕ ਕਰਨ 'ਤੇ ਵੀ ਕੋਈ ਸਮਾਂ ਲੱਗਦਾ, ਕੁਝ ਮਹੀਨੇ ਜ਼ਰੂਰ ਲੱਗਣਗੇ, ਪਰ ਹੌਲੀ ਹੌਲੀ ਸਿਸਟਮ ਨੂੰ ਬਿਲਕੁਲ ਠੀਕ ਕਰ ਦਾਂਗੇ। ਅਤੇ ਇਹ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ, ਇਹਨਾਂ ਨੇ ਤਾਂ ਸਿਸਟਮ ਵਿਗਾੜਨ 'ਚ ਕੋਈ ਕਸਰ ਨਹੀਂ ਛੱਡੀ, ਘਰ ਘਰ, ਗਲੀ ਗਲੀ, ਮੁਹੱਲੇ ਮੁਹੱਲੇ ਇਹਨਾਂ ਹੈਰੋਇਨ ਸਮੈਕ ਵਾੜਤੀ, ਇਹਨਾਂ ਨੇ ਘਰ ਘਰ, ਗਲੀ ਗਲੀ ਨਜਾਇਜ਼ ਪਰਚੇ ਕਰਕੇ ਲੋਕਾਂ ਨੂੰ ਪੁੱਠਿਆਂ ਰਾਹਾਂ 'ਤੇ ਪਾ ਤਾ। ਅਸੀਂ ਜਿਹੜੇ ਪੁੱਠੇ ਰਾਹਾਂ 'ਤੇ ਨੌਜਵਾਨ ਵੀ ਲੱਗੇ, ਉਹਨਾਂ ਨੂੰ ਵੀ ਬੇਨਤੀ ਕਰਦੇ ਕਿ ਸਿੱਧੇ ਰਸਤਿਆਂ 'ਤੇ ਪੈ ਕੇ ਆਪਣੇ ਘਰਾਂ 'ਚ ਬੈਠੋ, ਅਤੇ ਜਿਹੜੇ ਗਲਤ ਨਜਾਇਜ਼ ਪਰਚੇ ਹੋਏ ਆ ਉਹ ਵੀ ਸਾਡੀ ਸਰਕਾਰ ਇਨਕੁਆਇਰੀਆਂ ਕਰਕੇ, ਜਿਹੜੇ ਉਹ ਕੈਂਸਲ ਕਰਨ ਵਾਲੇ ਪਾਸੇ ਮਾਨ ਸਾਹਿਬ ਨੇ ਵੀ ਨਿਰਦੇਸ਼ ਕੀਤੇ, ਉਹ ਕਰ ਰਹੀ ਆ, ਅਤੇ ਜਿਹੜੇ ਗਲਤ ਨਜਾਇਜ਼ ਪਰਚੇ ਹੋਏ ਆ ਉਹ ਵੀ ਰੱਦ ਕੀਤੇ ਜਾਣ। ਜੋ ਵੀ ਕੰਮ ਹੋ ਰਹੇ ਆ ਪੰਜਾਬ ਦੇ ਵਿੱਚ, ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਰੀ ਆ, ਮਾਨ ਸਾਹਿਬ ਫੈਸਲੇ ਰਹੇ ਆ, ਜਿਹੜੀਆਂ ਵਿਰੋਧੀ ਪਾਰਟੀਆਂ ਦੀਆਂ ਉਹ ਪ੍ਰੋਪੋਗੰਡੇ ਕਰਦੀਆਂ ਆ। ਅਤੇ ਸੁਖਬੀਰ ਬਾਦਲ ਹੋਣੀ, ਜਿਹੜੇ ਕਈ ਵਾਰ ਸਟੇਜ ਤੋਂ ਆਪਦੇ ਪਿਤਾ ਨੂੰ ਪਿਤਾ ਸਮਾਨ ਕਹਿ ਦਿੰਦੇ ਆ, ਉਹ ਤਾਂ ਕੁਝ ਵੀ ਕਹਿ ਦੇਣ, ਉਹਨਾਂ ਦੇ ਗੱਲ ਦਾ ਕੋਈ ਗੁੱਸਾ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਸੁਭਾਅ ਹੀ ਇਹੋ ਜਿਹਾ ਬਾਦਲ ਸਾਹਿਬ ਦਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਸਟੇਜ ਤੋਂ ਕਿਹੜੀ ਗੱਲ ਕਹਿਣੀ ਆ, ਕਿਹੜੀ ਕਰਨੀ ਆ, ਜਿਹਦਾ ਸੁਭਾਅ ਹੀ ਉਹੋ ਜਿਹਾ ਹੋਵੇ ਅਸੀਂ ਉਹਦੀ ਗੱਲ ਦਾ ਕੋਈ ਗੁੱਸਾ ਵੀ ਨਹੀਂ ਕਰਦੇ। ਵਿਕਾਸ ਦੇ ਮੁੱਦੇ ਅਤੇ ਬੇਰੁਜ਼ਗਾਰੀ ਜੋ ਵੀ ਮੁੱਦੇ ਨੇ ਪੰਜਾਬ ਦੇ ਜਾਂ ਦੇਸ਼ ਦੇ, ਉਹ ਤੋਂ ਸੁੰਗੜ ਕੇ ਇੱਕ ਸਿਆਸਤ ਦੇ ਮੁੱਦਿਆਂ 'ਤੇ ਆ ਕੇ ਜਿਹੜੀ ਇਲੈਕਸ਼ਨਾਂ ਨੇ ਉਹ ਲੜੀਆਂ ਜਾਂਦੀਆਂ ਨੇ, ਜਿਵੇਂ ਹੁਣ ਇਹਨਾਂ ਨੇ ਇਲੈਕਸ਼ਨ ਲੜ ਰਹੇ ਨੇ ਇੱਕ ਪੰਥਕ ਮੁੱਦਿਆਂ ਦੀ, ਇਸ ਤੋਂ ਇਹਨੂੰ ਫਿਰਕੂਆਂ ਨੂੰ ਕਿਵੇਂ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਸਮੇਂ 'ਚ। ਦੇਖੋ, ਜਿਹੜੀ ਗੱਲ ਤੁਸੀਂ ਕੀਤੀ, ਵਾਕਈ ਇਹ ਪੰਥਕ ਮੁੱਦਾ ਬਣਾ ਕੇ ਅਕਾਲੀ ਦਲ ਇਲੈਕਸ਼ਨ ਲੜ ਰਿਹਾ। ਵੇਖੋ, ਬੀਬੀ ਕਮਲਦੀਪ ਕੌਰ 'ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਮੈਂ ਸੁਖਬੀਰ ਬਾਦਲ ਦੀ ਗੱਲ ਕਰਾਂ। ਇਹ ਬੀਬੀ ਕਮਲਦੀਪ ਕੌਰ ਜੀ 2014 'ਚ ਪਟਿਆਲੇ ਤੋਂ ਇਲੈਕਸ਼ਨ ਲੜ ਰਹੇ ਸਨ, ਅਤੇ ਉਦੋਂ ਅਕਾਲੀ ਦਲ ਨੇ ਦੀਪਿੰਦਰ ਢਿੱਲੋਂ ਇਹਦੇ ਮੁਕਾਬਲੇ 'ਤੇ ਖੜਾ ਕਰਤਾ, ਬੀਬੀ ਦੇ ਮੁਕਾਬਲੇ। ਅੱਜ ਇਹਨਾਂ ਨੂੰ ਜਦੋਂ ਕੋਈ ਉਮੀਦਵਾਰ ਨਹੀਂ ਲੱਭਾ ਇੱਥੋਂ ਸੰਗਰੂਰ ਜਿਮਨੀ ਚੋਣ ਲਈ, ਅਤੇ ਇਹਨਾਂ ਨੇ ਬੀਬੀ ਕਮਲਦੀਪ ਕੌਰ ਨੂੰ ਲਿਆ ਕੇ ਖੜਾ ਕਰਤਾ,
ਅਤੇ ਵੇਖੋ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ, ਇਹ ਕਹਿੰਦੇ ਬੰਦੀ ਸਿੰਘ ਬੀਬੀ ਜਾ ਕੇ ਸੰਸਦ 'ਚ ਬੋਲੂ ਅਤੇ ਰਿਹਾਅ ਕਰਾਵਾਂਗੇ। ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਤਾਂ ਸੁਖਬੀਰ ਬਾਦਲ ਐਮ ਪੀ ਆ, ਬੀਬਾ ਹਰਸਿਮਰਤ ਕੌਰ ਐਮ ਪੀ ਆ, ਇਹ ਕਿਉਂ ਨਹੀਂ ਉੱਥੇ ਬੰਦੀ ਸਿੰਘਾਂ ਦੀ ਗੱਲ ਕਰਦੇ ਸੰਸਦ ਦੇ ਵਿੱਚ? ਇਹ ਉੱਥੇ ਗੱਲ ਕਰਨ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ? ਇਹ ਸਿਰਫ ਆਪਦੀ ਜਿਹੜੀ ਸ਼ਾਖ ਇਹਨਾਂ ਦੀ ਖਤਮ ਹੋ ਚੁੱਕੀ ਆ, ਉਹਨੂੰ ਬਚਾਉਣ ਲਈ ਤਰਲੋ ਮੱਛੀ ਹੋਏ ਪਏ ਆ। ਭਾਵੇਂ ਅਕਾਲੀ ਦਲ ਆ, ਬੀਜੇਪੀ ਆ, ਭਾਵੇਂ ਕਾਂਗਰਸ ਆ, ਇਹ ਤਿੰਨੇ ਪਾਰਟੀਆਂ ਏਜੰਡਾ ਇਹਨਾਂ ਦਾ ਇੱਕੋ ਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਲੀਡ ਕਿਵੇਂ ਘਟਾਉਣੀ ਆ। ਇਹਨਾਂ ਨੂੰ ਇਹ ਬਿਲਕੁਲ ਪਤਾ ਆ ਕਿ ਆਮ ਆਦਮੀ ਪਾਰਟੀ ਗੁਰਮੇਲ ਸਿੰਘ ਸਰਪੰਚ ਜਿੱਤ ਰਿਹਾ, ਸਿਰਫ ਇਹਨਾਂ ਦਾ ਇੱਕੋ ਏਜੰਡਾ ਵੀ ਇਹ ਲੀਡ ਕਿਵੇਂ ਤੋੜਨੀ ਆ।